ਮੈਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਸਰਬੰਸ ਸਿੰਘ ਪੰਦੇਰ ਬੋਲਦਾ ਜੀ 18 ਅਪ੍ਰੈਲ ਨੂੰ ਜਿਹੜੀ ਮਹਾਂ ਰੈਲੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਨਵਰੀਤ ਸਿੰਘ ਜੀ ਡਿਵੀਡ ਬਾ ਅੰਗਰੇਜ਼ ਸਿੰਘ ਬਾਕੀਪੁਰ ਤੇ ਸਾਰੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਔਰ ਇਹ ਤੋਂ ਗਾ ਜਿਹੜੇ ਕੇਂਦਰ ਕਾਲੇ ਕਾਨੂੰਨ ਲੈ ਕੇ ਆਈ ਆ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਉਣਾ ਫਿਰ ਦੁਬਾਰਾ ਬਿਜਲੀ ਸੋਧ ਬਿੱਲ 202 ਜਿਹੜੇ ਬਿੱਲ ਦੇ ਨਾਲ ਹੁਣ ਕਿਸਾਨਾਂ ਦੀਆਂ ਮੋਟਰਾਂ ਤੇ ਮੀਟਰ ਲੈ ਕੇ ਲਾ ਕੇ ਬਿੱਲ ਲੈਣੇ ਆ 200 ਜੁੱਟ ਮਜ਼ਦੂਰਾਂ ਦੀ ਖਤਮ ਕਰਨੇ ਬਿਜਲੀ ਬੋਰਡ ਦਾ ਪੂਰੀ ਤਰ੍ਹਾਂ ਨਿਜੀ ਕਰ ਲਈ ਦੁਬਾਰਾ ਫੇਸ ਬਿੱਲ ਨੂੰ ਕੱਟ ਕੇ ਪਾਰਲੀਮੈਂਟ ਸੈਸ਼ਨ 'ਚ ਲਿਆਂਦਾ ਜਾ ਰਿਹਾ ਕਣਕ ਦੀ ਖਰੀਦ ਤੇ ਹਾਲੇ ਵੀ ਪਾਬੰਦੀਆਂ ਖਤਮ ਨਹੀਂ ਹੋਈਆਂ ਉਹਨਾਂ ਨੇ ਕਿਹਾ ਵੀ ਫਰਦਾਂ ਲੈਣ ਵਾਲੀ ਗੱਲ 6 ਮਹੀਨੇ ਅੱਗੇ ਪਾਤੀ ਇਹਦਾ ਮੈਂ 6 ਮਹੀਨੇ ਬਾਅਦ ਲਾਗੂ ਕਰਨਗੇ ਸਿੱਧੀ ਅਦਾਇਗੀ ਤੇ ਵੀ ਅੜੀ ਹੋਈ ਆ ਸਰਕਾਰ ਅਰ ਜਿਵੇਂ ਕੇਂਦਰ ਸਰਕਾਰ ਨੇ ਖਾਦਾਂ ਤੇ ਸਬਸਿਡੀਆਂ ਚੱਕ ਲੀਆਂ ਨੇ ਹੁਣ 1200 ਦੀ ਜੂਰੀਆ ਦੀ ਬੋਰੀ 1900 1200 ਦੀ ਡੀਏਪੀ ਦੀ ਬੋਰੀ 1900 ਰੁਪਏ ਤੋਂ ਵੀ ਤਹਾਂ ਜਾ ਕੇ ਵਿਕੂਗੀ ਇਸ ਤਰ੍ਹਾਂ ਜੂਰੀਆ ਔਰ ਜ਼ਿੰਕ ਤੇ ਖਾਦਾਂ ਤੋਂ ਸਬਸਿਡੀ ਲਗਾਤਾਰ ਵਾਪਸ ਲਈ ਜਾ ਰਹੀ ਹੈ ਪਹਿਲੋਂ ਜਿਹੜੇ ਬੀਜ ਸੀਗੇ ਉਹਨਾਂ ਦੇ ਉੱਤੇ ਜਿਵੇਂ ਰੇਟਾਂ 'ਚ ਵਾਧਾ ਕਰਤਾ ਕੇਂਦਰ ਸਰਕਾਰ ਨੇ ਤੇ ਲਗਾਤਾਰ ਕਿਸਾਨਾਂ ਅਬਿਰੋਧੀ ਫੈਸਲੇ ਹੋ ਰਿਹਾ ਕਿਸਾਨਾਂ ਨੂੰ ਕੋਰੋਨਾ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਕੱਲ ਪ੍ਰਧਾਨ ਮੰਤਰੀ ਜੀ ਬੋਲੇ ਆ ਵੇਹੇ ਲੋਕਡਾਊਨ ਲਾਉਣ ਦੀ ਜਰੂਰਤ ਨਹੀਂ ਇਹਦਾ ਮਤਲਬ ਵੀ ਲੋਕਡਾਊਨ ਲਾਇਆ ਜਾਣਾ ਵਾ ਜਿਵੇਂ ਕਰੋਨਾ ਦੀ ਆੜ ਦੇ ਵਿੱਚ ਅੰਦੋਲਨ ਨੂੰ ਤਾਰ ਪੀਟੋ ਕੀਤਾ ਜਾ ਰਿਹਾ ਇਹ ਸਾਰਿਆਂ ਦੇ ਸਾਹਮਣੇ ਆ ਜਿੱਥੇ-ਜਿੱਥੇ ਲੱਛਣਾਂ ਹੋ ਰਹੀਆਂ ਨੇ ਉੱਥੇ ਕਰੋਨਾ ਨੇ ਕਦੀ ਨਹੀਂ ਜਾਣਾ ਔਰ ਜਿੱਥੇ ਲੱਛਣਾਂ ਨਹੀਂ ਹੋ ਰਹੀਆਂ ਉੱਥੇ ਜਿਹੜਾ ਕਰੋਨਾ ਨੇ ਜਾਣਾ ਸਰਕਾਰਾਂ ਕੋਲੇ ਕਹਿਣ ਨੂੰ ਕੁਝ ਵੀ ਨਹੀਂ ਹੈ ਲੋਕਾਂ ਨੂੰ ਜਵਾਬ ਦੇਣ ਲਈ ਕੁਝ ਨਹੀਂ ਹੈ ਤੋਂ ਕਰੋਨਾ ਵਾਲਾ ਅਲਾਦੀਨ ਦਾ ਚਰਾਗ ਜਿੱਥੇ ਮਰਜ਼ੀ ਕੱਟ ਕੇ ਸਾਬਤ ਕਰ ਲਿਆ ਜਾਂਦਾ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਆਏ ਸਾਡੇ ਮਜ਼ਦੂਰ ਸਗੇ ਉਹ ਕਰੋਨਾ ਦੇ ਲਾਕਡਾਊਨ ਤੋਂ ਡਰ ਤੋਂ ਕੁਛ ਥਾਵਾਂ ਤੇ ਵਾਪਸੀ ਜਾਣ ਦੀ ਕਰੀ ਬੈਠੇ ਤਿਆਰੀ ਸੋ ਇਹ ਸਰਕਾਰ ਦੀ ਸਾਜ਼ਿਸ਼ ਹੈ ਪੰਜਾਬ ਦਾ ਨੁਕਸਾਨ ਹੋਣਾ ਸੋ ਇਸ ਕਰਕੇ ਕੈਪਟਨ ਸਰਕਾਰ ਵੀ ਜਿਹੜੀ ਅੱਜ ਕਹਿ ਰਹੀ ਆ ਕਿ ਸਿੱਧੀ ਅਦਾਇਗੀ ਤੋਂ ਬਗੈਰ ਕੋਈ ਚਾਰਾ ਨਹੀਂ ਹੈਗਾ ਕੀ ਕਿਹੋ ਜੇ ਸੋਰਿਆ ਕੇਂਦਰ ਨਾਲ ਰਲ ਰਹੇ ਸੋਰਿਆ ਸੋ ਜੇ ਤੁਸੀਂ ਗੁਰੂ ਸਾਹਿਬ ਦੇ 400 ਸਾਲਾਂ ਤੇ ਇਕੱਠੇ ਹੋ ਕੇ ਗੱਲ ਕਰਕੇ ਸੈੱਟ ਕਰ ਸਕਦੇ ਜੇ ਆਪਣੀਆਂ ਹੋੜੀਆਂ ਲੋੜਾਂ ਲਈ ਕਰੋਨਾ ਦੇ ਨਾਂ ਤੇ ਪ੍ਰਧਾਨ ਮੰਤਰੀ ਸਾਡੇ ਮੁੱਖ ਮੰਤਰੀ ਜੀ ਗੱਲਬਾਤ ਕਰ ਸਕਦੇ ਆ ਤੇ ਕੀ ਖੇਤੀ ਵਾਲੇ ਕਾਨੂੰਨਾਂ ਤੇ ਹੋਰ ਪੰਜਾਬ ਦੇ ਮਸਲਿਆਂ ਤੇ ਗੱਲ ਨਹੀਂ ਹੋ ਸਕਦੀ ਸੋ ਇਹ ਸਾਹਜ ਜਿਹੜੀ ਆ ਸਾਫ਼ ਸਾਫ਼ ਨਜ਼ਰ ਆਉਂਦੀ ਆ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ 18 ਅਪ੍ਰੈਲ ਦੀ ਜਿਹੜੀ ਮਹਾਂ ਰੈਲੀ ਦਾਣਾ ਮੰਡੀ ਭਕਤਾਂ ਵਾਲੇ ਦਾਣਾ ਮੰਡੀ ਭਕਤਾਂ ਵਾਲੇ ਸਾਡੇ ਕੋਲੋਂ ਪ੍ਰਾਉ ਕੋਈ ਸੈਲੀਬ੍ਰਿਟੀਜ਼ ਨਹੀਂ ਹੈਗੇ ਸਾਡੇ ਕੋਲੇ ਕੋਈ ਐਡ ਦੇਣ ਨੂੰ ਨਹੀਂ ਹੈਗੇ ਪੈਸੇ ਵਿੱਚ ਐਡਾਂ ਦੇ ਕੇ ਜਿਹੜਾ ਚੈਨਲਾਂ ਦੇ ਉੱਤੇ ਉਹਦੀ ਮਸ਼ਹੂਰੀ ਕਰ ਲਾਂਗੇ ਸੋ ਇਸ ਕਰਕੇ ਜਥੇਬੰਦੀ ਦਾ ਬਹੁਤ ਵੱਡਾ ਆਧਾਰ ਆ ਸੋ ਲੋਕਾਂ ਨੂੰ ਬੇਨਤੀ ਆ ਇਸ ਪੰਜਾਬ ਨੂੰ ਦੇਸ਼ ਨੂੰ ਬਚਾਉਣ ਲਈ ਔਰ ਇੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ 18 ਦੀ ਜਿਹੜੀ ਮਹਾਂ ਰੈਲੀ ਆ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਜਿਹੜੀ ਭਗਤਾਂ ਵਾਲੇ ਦਾਣਾ ਮੰਡੀ ਹੋ ਰਹੀ ਆ ਧੰਨਵਾਦ